ਹੁੰਦਾ ਵੀ ਕੁੱਲੜ ਵੀ ਚਾਹ ਬਣਾਉਂਦਾ ਆਮ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਵੇਖਣ ਨੂੰ ਨਹੀਂ ਮਿਲਦੀ ਲੇਕਿਨ ਤੁਸੀਂ ਇਹਦਾ ਜਿਹੜਾ ਵਾ ਪ੍ਰਚਲਨ ਸ਼ੁਰੂ ਕੀਤਾ ਇਹ ਕਿੱਥੋਂ ਤੁਹਾਨੂੰ ਆਈਡੀਆ ਆਇਆ ਗੱਲ ਕਰੀਏ ਤੇ ਤੁਹਾਡੀ ਚਾਹ ਦੇ ਬਾਹਰ ਇੱਕ ਬਾਈਕ ਵੀ ਲੱਗੀ ਹੈ ਦੇ ਉੱਤੇ ਰਾਈਡਰ ਚਾਹ ਵਾਲਾ ਵੀ ਲਿਖਿਆ ਇਹਦਾ ਕੀ ਰਾਜ ਕੀ ਹੈ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਐਮਟੈਕ ਦੀ ਜਿਹੜੀ ਤੁਸੀਂ ਪੜ੍ਹਾਈ ਵੀ ਕਰ ਰਹੇ ਹੋ ਰਾਈਡਿੰਗ ਵੀ ਕਰਦੇ ਹੋ ਨਾਲ ਚਾਹ ਦੀ ਤੁਸੀਂ ਇੱਥੇ ਸਟਾਲ ਵੀ ਲਗਾਇਆ ਹੋਇਆ ਹੈ ਇੰਨਾ ਪੜ੍ਹ ਲਿਖਣ ਤੋਂ ਬਾਅਦ ਇਹ ਚਾਹ ਦਾ ਪ੍ਰੋਫੈਸ਼ਨ ਜਿਹੜਾ ਤੁਸੀਂ ਅਪਣਾਇਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਪੂਰ ਦੇ ਵਿੱਚ ਤੁਹਾਡੇ ਵੱਲੋਂ ਜਿਹੜੇ ਮਿੱਟੀ ਦੇ ਕੁੱਲੜ ਪਾਏ ਗਏ ਨੇ ਇਹ ਕਾਹਦੇ ਵਾਸਤੇ ਪਾਏ ਗਏ ਨੇ ਕੁੱਲੜ ਵਿੱਚ ਚਾਹ ਪੈਂਦੀ ਹੈ ਤੇ ਉਹ ਬਾਲੇ ਮਾਰਦੀ ਤੇ ਉਹ ਕਾੜੀ ਜਾਂਦੀ ਜ਼ਿਆਦਾ ਤੇ ਉਹ ਮਿੱਟੀ ਦਾ ਟੇਸਟ ਵੀ ਆਉਂਦਾ ਤੇ ਕਾੜੀ ਵੀ ਗਈ ਹੁੰਦੀ ਤੇ ਉਹਦਾ ਟੇਸਟ ਬਹੁਤ ਵੱਖਰਾ ਸੀ ਕਿਉਂਕਿ ਉਹਦਾ ਦੁੱਧ ਥੋੜਾ ਸੜ ਜਾਂਦਾ ਸੜਨ ਤੋਂ ਬਾਅਦ ਉਹ ਟੇਸਟ ਹੈ ਨਾ ਜਿਹੜਾ ਉਹ ਬਹੁਤ ਫਾਇਦੇਮੰਦ ਹੈ ਤੁਹਾਡੇ ਵੱਲੋਂ ਕਿੰਨੀ ਤਰ੍ਹਾਂ ਦੀ ਜਿਹੜੀ ਚਾਹ ਬਣਾਈ ਜਾਂਦੀ ਹੈ ਸਰ ਮੇਰੇ ਕੋਲ 5 ਫਲੇਵਰ ਚਾਹੀਦੀ ਹੈ ਮੈਂਗੋ ਫਲੇਵਰ ਚਾਹੀਦੀ ਹੈ ਬਨਾਨਾ ਫਲੇਵਰ ਚਾਹੀਦੀ ਹੈ ਓਕੇ ਸਟ੍ਰਾਬੇਰੀ ਫਲੇਵਰ ਤੇ ਆਪਣਾ ਕੀ ਕਹਿੰਦੇ ਤੰਦੂਰੀ ਚਾਹੀਦੀ ਹੈ ਤੁਸੀਂ ਦੇਖ ਰਹੇ ਹੋ ਤੇਜ ਪੰਜਾਬ ਨਿਊਜ਼ ਤੇ ਮੈਂ ਹਰਜੇ ਸੰਧੂ ਆਮ ਤੌਰ ਦੇ ਉੱਪਰ ਤੁਸੀਂ ਚਾਹ ਵਾਲੀਆਂ ਦੁਕਾਨਾਂ ਤੇ ਅੰਮ੍ਰਿਤਸਰ 'ਚ ਬਹੁਤ ਦੇਖੀਆਂ ਹੋਣਗੀਆਂ ਲੇਕਿਨ ਇੱਕ ਰਾਈਡਰ ਚਾਹ ਵਾਲਾ ਜਿਹੜਾ ਕਿ ਵਿਪਨ ਕੁਮਾਰ ਨਾਂ ਦਾ ਉਹ ਨੌਜਵਾਨ ਜਿਹੜਾ ਅੰਮ੍ਰਿਤਸਰ ਦੇ ਵਿੱਚ ਚਾਹ ਵੇਚ ਰਿਹਾ ਹੈ ਤੇ ਰਾਈਡਿੰਗ ਦਾ ਉਹਨੂੰ ਬਹੁਤ ਸ਼ੌਂਕ ਹੈ ਰਾਈਡਿੰਗ ਦਾ ਮੋਟਰਸਾਈਕਲ ਵੀ ਉਹਨੇ ਲਗਾਇਆ ਹੈ ਆਪਣੀ ਦੁਕਾਨ ਦੇ ਬਾਹਰ ਤੇ ਰਾਈਡਿੰਗ ਚਾਹ ਵਾਲੇ ਦੇ ਨਾਂ ਤੇ ਉਹਦੀ ਜਿਹੜੀ ਹੈ ਦੁਕਾਨ ਚੱਲ ਰਹੀ ਹੈ ਤੇ ਅੱਜ ਮੁਲਾਕਾਤ ਕਰਨ ਪਹੁੰਚੇ ਹਾਂ ਉਸ ਰਾਈਡਰ ਚਾਹ ਵਿਪਨ ਚਾਹ ਵਾਲੇ ਦੇ ਨਾਲ ਤੇ ਗੱਲਬਾਤ ਕਰਾਂਗੇ ਵੀ ਆਖਰ ਚਾਹ ਬਣਾਉਣ ਦਾ ਸ਼ੌਂਕ ਜਿਹੜਾ ਉਸਨੂੰ ਪਿਆ ਹੈ ਕਿਉਂ ਕਿਸ ਤਰ੍ਹਾਂ ਪੈਂਦਾ ਹੈ ਨੌਜਵਾਨ ਪੜ੍ਹਿਆ ਲਿਖਿਆ ਹੈ ਤੇ ਰਾਈਡਰ ਵੀ ਹੈ ਤੇ ਚਾਹ ਦੀ ਦੁਕਾਨ ਵੀ ਕਰਦਾ ਹੈ ਵਿਪਨ ਜੀ ਸਾਡੇ ਚੈਨਲ ਤੇਜ ਪੰਜਾਬ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਮਸਕਾਰ ਸਰ ਗੱਲ ਕਰੀਏ ਤੇ ਤੁਹਾਡੀ ਚਾਹ ਦੇ ਬਾਹਰ ਇੱਕ ਬਾਈਕ ਵੀ ਲੱਗੀ ਹੈ ਦੇ ਉੱਤੇ ਰਾਈਡਰ ਚਾਹ ਵਾਲਾ ਵੀ ਲਿਖਿਆ ਇਹਦਾ ਕੀ ਰਾਜ ਕੀ ਹੈ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਸਰ ਮੈਂ ਰਾਈਡਿੰਗ ਵਗੈਰਾ ਕਰਦਾ ਰਿਹਾ ਹਾਂ ਤਾਂ ਉਸ ਆਪਣਾ ਰਾਈਡਰ ਚਾਹ ਵਾਲਾ ਰੱਖਿਆ ਮੈਨੂੰ ਸਾਰੇ ਕੀ ਕਹਿੰਦੇ ਰਾਈਡਰ ਵੀ ਆ ਕਰਕੇ ਬੁਲਾਉਂਦਾ ਹੀ ਪਹਿਲਾਂ ਤੇ ਮੈਂ ਆਪਣਾ ਚਾਹ ਦਾ ਸੈਟਅਪ ਕੀਤਾ ਤੇ ਮੈਂ ਕਹਿੰਦੇ ਵੀ ਆ ਕਹਿੰਦੇ ਰਾਈਡਰ ਚਾਹ ਵਾਲਾ ਲਿਖੋ ਮੈਂ ਕਾਫੀ ਜਗ੍ਹਾ ਤੇ ਘੁੰਮ ਕੇ ਆਇਆ ਤਾਂ ਰਾਈਡਿੰਗ ਮੈਨੂੰ ਰਾਈਡਰ ਵੀ ਹੀ ਬੋਲਣ ਲੱਗ ਪਏ ਲੋਕੀ ਇੱਕ ਗੱਲ ਬੜੀ ਪ੍ਰਚਲਿਤ ਹੋ ਰਹੀ ਹੈ ਵੀ ਐਮਟੈਕ ਦੀ ਜਿਹੜੀ ਤੁਸੀਂ ਪੜ੍ਹਾਈ ਵੀ ਕਰ ਰਹੇ ਹੋ ਰਾਈਡਿੰਗ ਵੀ ਕਰਦੇ ਹੋ ਨਾਲ ਚਾਹ ਦੀ ਤੁਸੀਂ ਇੱਥੇ ਸਟਾਲ ਵੀ ਲਗਾਇਆ ਹੋਇਆ ਹੈ ਇੰਨਾ ਪੜ੍ਹ ਲਿਖਣ ਤੋਂ ਬਾਅਦ ਇਹ ਚਾਹ ਦਾ ਪ੍ਰੋਫੈਸ਼ਨ ਜਿਹੜਾ ਤੁਸੀਂ ਅਪਣਾਇਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹ ਬਣਾ ਕੇ ਪ੍ਰਧਾਨ ਮੰਤਰੀ ਬਣ ਕੇ ਕੁਛ ਉਹਨਾਂ ਤੋਂ ਸਿੱਖ ਲੈ ਕੇ ਤੇ ਉਧਰ ਨੂੰ ਤੇ ਤੁਹਾਡਾ ਰਸਤਾ ਤਾਂ ਨਹੀਂ ਬਣਾ ਰਹੇ ਨਹੀਂ ਸਰ ਵੈਸੇ ਮਿਲ ਜੇ ਤੇ ਪ੍ਰਧਾਨ ਮੰਤਰੀ ਦਾ ਸਪੋਰਟ ਮਿਲ ਜੇ ਤੇ ਬਹੁਤ ਵੱਡੀ ਗੱਲ ਹੈਗੀ ਹੈ ਤੇ ਇਸ ਤੋਂ ਵਧੀਆ ਆਪਣਾ ਆਪਣਾ ਚੱਲ ਪਵੇ ਅੱਗੇ ਮੈਂ ਟਾਈਮ ਟੂ ਟਾਈਮ ਨਿਕਲ ਪਾਵਾਂ ਮੈਂ ਕਿਹਾਂ ਦੇ ਉੱਤੇ ਤੇ ਆਪਣਾ ਚਾਹ ਦਾ ਕੰਮ ਨੂੰ ਨਾ ਮੈਂ ਇਸ ਲਈ ਕਰ ਰਿਹਾ ਹਾਂ ਸਰ ਮੈਂ ਆਪਣਾ ਇੱਕ ਅਲੱਗ ਪਹਿਚਾਣ ਬਣਾ ਸਕਾਂ ਚਾਹ ਦੇ ਸਰ ਹਰ ਇੱਕ ਸ਼ਾਇਦ ਮੈਂ ਆਪਣਾ ਸਟਾਰ ਕਰ ਹਜੇ ਪੈਸੇ ਨਹੀਂ ਇਸ ਲਈ ਹਰ ਜਗ੍ਹਾ ਖੋਲ ਨਹੀਂ ਮਗਰ ਸਟਾਰਟਅਪ ਕੀਤਾ ਮੈਂ ਸਾਲ ਦੋ ਸਾਲ ਤਿੰਨ ਸਾਲ ਬਾਅਦ ਮੈਂ ਅੱਗੇ ਵੱਧ ਸਕਾਂ ਉਸ ਚੀਜ਼ ਲੈ ਕੇ ਗੱਲ ਕਰੀਏ ਤੇ ਤੁਹਾਡੀ ਚਾਹ ਦੀ ਦੁਕਾਨ ਦੇ ਉੱਪਰ ਬੜੀ ਤਰ੍ਹਾਂ ਦੇ ਕੁੱਲੜ ਤੇ ਕੱਪ ਜਿਹੜੇ ਮਿੱਟੀ ਦੇ ਟੰਗੇ ਗਏ ਨੇ ਇਹ ਕਿਸ ਲਈ ਟੰਗੇ ਗਏ ਨੇ ਕਿਉਂ ਇਹਨਾਂ ਤੋਂ ਕੀ ਆਪਾਂ ਦਰਸਾਉਣਾ ਚਾਹੁੰਦੇ ਹਾਂ ਵੀ ਹਰ ਜਗ੍ਹਾ ਦੇ ਉੱਪਰ ਤੁਹਾਡੇ ਵੱਲੋਂ ਸੈਂਕੜੇ ਜਿਹੜੇ ਮਿੱਟੀ ਦੇ ਕੱਪ ਬਰਤਨ ਕੁੱਲੜ ਕਹਿ ਦਈਏ ਤੇ ਇਹਨੂੰ ਹਿੰਦੀ 'ਚ ਕੁੱਲੜ ਵੀ ਕਹਿੰਦੇ ਨੇ ਕੁੱਲੜ ਟੰਗੇ ਗਏ ਨੇ ਆਖਿਰ ਇਹਨਾਂ ਦਾ ਰਾਜ ਕੀ ਹੈ ਸਰ ਮੈਂ ਇਹਨਾਂ ਨੂੰ ਇਸ ਲਈ ਟੰਗਿਆ ਕਿ ਸ਼ੋਅ ਵਾਸਤੇ ਟੰਗਿਆ ਕਿ ਕਹਿੰਦੇ ਲੋਕ ਇੱਕ ਅਲੱਗ ਚੀਜ਼ ਲੱਗੇ ਥੀਮ ਲੱਗੇ ਯਾਰ ਇੱਕ ਉਹ ਉੱਥੇ ਟੰਗਿਆ ਕੀ ਗਏ ਕਿ ਕੁੱਲੜ ਸ਼ੋਅ ਵਾਸਤੇ ਟੰਗਿਆ ਨਾ ਨਾ ਉੱਥੇ ਪਤਾ ਲੋਕਾਂ ਨੂੰ ਦੂਰੋਂ ਦੂਰੋਂ ਪਤਾ ਲੱਗੇ ਤੇ ਮੈਂ ਵੀ ਕੁੱਲੜ ਵਾਲੀ ਚਾਹ ਮਿਲ ਜਾਏਗੀ ਤੇ ਜਿਹੜੇ ਤੰਦੂਰ ਦੇ ਵਿੱਚ ਤੁਹਾਡੇ ਵੱਲੋਂ ਜਿਹੜੇ ਮਿੱਟੀ ਦੇ ਕੁੱਲੜ ਪਾਏ ਗਏ ਨੇ ਇਹ ਕਾਹਦੇ ਵਾਸਤੇ ਪਾਏ ਗਏ ਨੇ ਜੀ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਜੀ ਕਾਹਦੇ ਵਾਸਤੇ ਪਾਏ ਗਏ ਨੇ ਸਰ ਇਹ ਮੈਂ ਤੰਦੂਰੀ ਚਾਹ ਵਾਸਤੇ ਬਣਾਏ ਇਹ ਤਿਆਰ ਹੋ ਰਹੇ ਨੇ ਤੰਦੂਰੀ ਚਾਹ ਵਾਸਤੇ ਬਣ ਕੇ ਤਿਆਰ ਹੋ ਜਾਣਗੇ ਇਹ ਕੁੱਲੜ ਵਿੱਚ ਚਾਹ ਪੈਂਦੀ ਹੈ ਤੇ ਉਹ ਬਾਲੇ ਮਾਰਦੀ ਤੇ ਉਹ ਕਾੜੀ ਜਾਂਦੀ ਜ਼ਿਆਦਾ ਤੇ ਉਹਦਾ ਮਿੱਟੀ ਦਾ ਟੇਸਟ ਵੀ ਆਉਂਦਾ ਤੇ ਕਾੜੀ ਵੀ ਗਈ ਹੁੰਦੀ ਹੈ ਤੇ ਉਹਦਾ ਟੇਸਟ ਬਹੁਤ ਵੱਖਰਾ ਸੀ ਕਿਉਂਕਿ ਉਹਦਾ ਦੁੱਧ ਥੋੜਾ ਸੜ ਜਾਂਦਾ ਸੜਨ ਤੋਂ ਬਾਅਦ ਉਹ ਟੇਸਟ ਹੈ ਨਾ ਜਿਹੜਾ ਉਹ ਬਹੁਤ ਫਾਇਦੇਮੰਦ ਕਰਦਾ ਕਿਉਂਕਿ ਸਮੋਕੀ ਚਾਹ ਹੋ ਜਾਂਦੀ ਹੈ ਨਹੀਂ ਆਈਡੀਆ ਕਿੱਥੋਂ ਆਉਂਦਾ ਵੀ ਕੁੱਲੜ ਦੀ ਚਾਹ ਬਣਾਉਣ ਦਾ ਆਮ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਵੇਖਣ ਨੂੰ ਨਹੀਂ ਮਿਲਦੀ ਲੇਕਿਨ ਤੁਸੀਂ ਇਹਦਾ ਜਿਹੜਾ ਵਾ ਪ੍ਰਚਲਨ ਸ਼ੁਰੂ ਕੀਤਾ ਇਹ ਕਿੱਥੋਂ ਤੁਹਾਨੂੰ ਆਈਡੀਆ ਆਇਆ ਸਰ ਮੈਨੂੰ ਇਹ ਆਈਡੀਆ ਆਇਆ ਕਿ ਕਹਿੰਦੇ ਇੱਕ ਮੈਂ ਜਗ੍ਹਾ ਪੀਣ ਗਿਆ ਇੱਕ ਲਖਨਊ ਗਿਆ ਤਾਂ ਉੱਥੇ ਮੈਂ ਪੀਤੀ ਚਾਹ ਸਰ ਉਹ ਚੀਜ਼ ਇੱਥੇ ਨਹੀਂ ਮਿਲਦੀ ਗੀ ਮੈਂ ਫਸਟ ਟਾਈਮ ਪੀਤੀ ਮੈਨੂੰ ਬਹੁਤ ਵਧੀਆ ਲੱਗੀ ਉੱਥੇ ਟੇਸਟ ਚਾਹ ਕਰਨ ਤੋਂ ਬਾਅਦ ਮੈਨੂੰ ਬਹੁਤ ਵਧੀਆ ਕੀ ਕਹਿੰਦੇ ਰਿਸਪੋਂਸ ਮਿਲਿਆ ਫਿਰ ਮੈਂ ਇੱਥੇ ਆ ਕੇ ਨਾ ਖੋਲ੍ਹੇ ਮੇਰੇ ਅਲੱਗ ਚੀਜ਼ ਹੋਵੇ ਯਾਰ ਲੋਕਾਂ ਦੇ ਲਈ ਅਤੇ ਆਰਾਮ ਨਾਲ ਕੀ ਕਹਿੰਦੇ ਉਹਨੂੰ ਅੱਗੇ ਵਧਾ ਸਕਾਂ ਅਤੇ ਨਾਮ ਬਹੁਤ ਵਧੀਆ ਹੋ ਸਕੇ
तो वह चीज़ बड़ा बेनीफिट। फ्लेवर की गल करिए तो आम तौर पर प्रचलन है भी इतने केसर वाली चाह मसाले वाली चाह ਤੁਹਾਡੇ ਵੱਲੋਂ ਕਿੰਨੀ ਤਰ੍ਹਾਂ ਦੀ ਜਿਹੜੀ ਚਾਹ ਬਣਾਈ ਜਾਂਦੀ ਹੈ? ਸਰ ਮੇਰੇ ਕੋਲ ਪਾਨ ਫਲੇਵਰ ਚਾਹੀਦੀ ਹੈ, ਮੈਂਗੋ ਫਲੇਵਰ ਚਾਹੀਦੀ ਹੈ, ਬਨਾਨਾ ਫਲੇਵਰ ਚਾਹੀਦੀ ਹੈ, ਓਕੇ ਸਟ੍ਰੋਬੇਰੀ ਫਲੇਵਰ, ਅਤੇ ਆਪਣਾ ਕੀ ਕਹਿੰਦੇ ਤੰਦੂਰੀ ਚਾਹੀਦੀ ਹੈ, ਮਸਾਲਾ ਚਾਹੀਦੀ, ਬੜੀ ਤਰ੍ਹਾਂ ਦੀ ਚਾਹੀਦੀ। ਨਹੀਂ ਪੜ੍ਹਾਈ ਕਰ ਰਹੇ ਹੋ, ਐਮ ਟੈਕ ਦੀ ਪੜ੍ਹਾਈ ਤਾਂ ਕਰ ਰਹੇ ਹੋ, ਲੇਕਿਨ ਪਰਿਵਾਰ ਵੱਲੋਂ ਕਦੀ ਇਹ ਸਵਾਲ ਨਹੀਂ ਉੱਠਿਆ ਵੀ ਤੂੰ ਚਾਹ ਦਾ ਕੰਮ ਕਿਉਂ ਕਰ ਰਿਹਾ? ਕਿ ਪਰਿਵਾਰ ਦੇ ਹਾਲਾਤ ਇਹੋ ਜਿਹੇ ਕਿ ਵੀ ਤੁਹਾਨੂੰ ਚਾਹ ਦਾ ਕੰਮ ਕਰਨਾ ਪਿਆ? ਸਰ ਮੇਰੇ ਘਰ ਦੇ ਹਾਲਾਤ ਬਿਲਕੁਲ ਸਹੀ ਹੈ, ਮੇਰੇ ਘਰ ਦੇ ਹਾਲਾਤ ਕੋਈ ਜੇ ਨਹੀਂ ਹੈ। ਮੇਰੇ ਕੋਲ ਮੇਰੇ ਪਾਪਾ ਗੌਰਮੈਂਟ ਇੰਪਲੋਏ ਰਹਿ ਚੁੱਕੇ ਹੈਗੇ ਆ, ਉਹਨਾਂ ਦੀ ਪੈਨਸ਼ਨ ਆ ਰਹੀ ਹੈ, ਉਹਨਾਂ ਘਰ 'ਚ ਵਧੀਆ ਚੱਲ ਰਿਹਾ ਵਾ। ਮਗਰ ਮੈਂ ਇਹ ਕਹਿ ਰਿਹਾ ਵਾਂ ਕੰਮ ਛੋਟਾ ਵੱਡਾ ਤਾਂ ਹੁੰਦਾ ਨਹੀਂ ਹੈ ਸਰ, ਟਾਈਮ ਟੈਕ ਕਰ ਰਿਹਾ ਮੈਂ, ਇਹਦਾ ਮਤਲਬ ਮੈਂ ਕੁਛ ਚਾਹ ਰੇੜੀ ਨਹੀਂ ਲਾ ਸਕਦਾ, ਉਹ ਚਾਹ ਰੇੜੀ ਲਾ ਸਕਦਾ ਨਾ ਸਰ, ਅਤੇ ਇਸ ਤੋਂ ਵਧੀਆ ਮੈਂ ਹੌਲੀ ਹੌਲੀ ਆਪਣੇ ਚਾਹ ਨੂੰ ਚਾਹ ਦੇ ਕੰਮ ਨੂੰ ਵਧਾ ਸਕਾਂ, ਨਾਮ ਬਣਾ ਸਕਾਂ। ਕੋਈ ਬਿਜ਼ਨਸ ਹੀ ਕਰਨਾ ਹੈ ਨਾ, ਬਿਜ਼ਨਸ ਚਾਹ ਦਾ ਵੀ ਬਿਜ਼ਨਸ ਹੈ, ਇੱਕ ਸੈਲਫ ਇੰਪਲੋਏ ਹਾਂ ਮੈਂ। ਆਮ ਤੌਰ 'ਤੇ ਨੌਜਵਾਨ ਪੜ੍ਹ ਲਿਖ ਕੇ ਘਰਦਿਆਂ ਦੇ ਲੱਖਾਂ ਰੁਪਏ ਖਰਚਾ ਕੇ ਅਤੇ ਵਿਦੇਸ਼ਾਂ 'ਚ ਜਾ ਕੇ ਕੰਮ ਕਰਦੇ ਨੇ, ਲੇਕਿਨ ਤੁਸੀਂ ਆਪਣੇ ਦੇਸ਼ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਚਾਹ ਦਾ ਸਟੋਲ ਲਾ ਕੇ ਮਿਹਨਤ ਮੁਸ਼ਕਤ ਕਰ ਰਹੇ, ਅਤੇ ਉਹਨਾਂ ਨੌਜਵਾਨਾਂ ਨੂੰ ਸੰਦੇਸ਼ ਕੀ ਦੇਣਾ ਚਾਹੁੰਦੇ? ਸਰ ਮੈਂ ਉਹਨਾਂ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਵਾਂ ਕਿ ਯਾਰ ਤੁਸੀਂ ਨਾ ਆਪਣਾ ਕੀ ਕਹਿੰਦੇ ਆ ਤੁਸੀਂ ਬਿਜ਼ਨਸ ਕਰੋ ਯਾਰ, ਕੁਝ ਸਰਕਾਰ ਦੇ ਸਹਾਰੇ ਨਾ ਬੈਠੋ ਯਾਰ, ਕੁਝ ਆਪਣੇ ਥਰੂ ਕੁਝ ਕਰ ਲਓ, ਜਾਂ ਫਿਰ ਜੋਬ ਮਿਲ ਰਹੀ ਹੈ ਨਾ, ਜੇ ਮਿਲ ਰਹੀ ਹੈ ਤਾਂ ਕਰੋ ਉਸ ਚੀਜ਼ ਨੂੰ ਜੋਬ, ਜੇ ਕਹਿੰਦੇ ਇਹ ਨਾ ਸੋਚੋ ਕਿ ਕਹਿੰਦੇ ਜਦੋਂ ਤੱਕ ਸਰਕਾਰ ਹੀ ਸਾਥ ਦੇਗੀ ਉਦੋਂ ਤੱਕ ਕੀ ਕਰਨਾ, ਕੁਝ ਵਧੀਆ ਵਧੀਆ ਹੋ ਸਕੇ। ਗੱਲ ਕਰੀਏ ਤਾਂ ਤੁਹਾਡੇ ਜਿਹੜੇ ਕੁੱਲੜ ਨੇ ਚਾਹ ਵਾਲੇ ਮਿੱਟੀ ਦੇ ਬਰਤਨ ਜਿਹੜੇ ਤੁਸੀਂ ਰੱਖੇ ਕੁੱਲੜ ਕਹਿੰਦੇ ਹੋ ਇਹਨੂੰ, ਇਹਦੀ ਵਰਤੋਂ ਕਿੰਨੇ ਟਾਈਮ ਹੁੰਦੀ ਹੈ? ਵੀ ਵਨ ਟਾਈਮ ਯੂਜ਼ ਵਾਸਤੇ ਆ ਜਾਂ ਲਗਾਤਾਰ ਇਹਨੂੰ ਦੁਬਾਰਾ ਵੀ ਯੂਜ਼ ਕਰਦੇ ਹੋ? ਸਰ ਵਨ ਟਾਈਮ ਯੂਜ਼ ਹੈਗੇ, ਇਹ ਸਾਰੇ ਯੂਜ਼ ਪਏ ਹੋਏ ਆ ਇੱਥੇ, ਕੀ ਕਹਿੰਦੇ ਇਹਨੂੰ ਯੂਜ਼ 'ਤੇ ਆਈ ਮੈਂ ਸਜਾ ਦਿੰਦੇ ਹੈਗੇ ਇਹਨੂੰ, ਕੁਛ ਨਾ ਕੁਛ ਆਈ ਯੂਨੀਕ ਕਰ ਸਕੀ ਇਹਨੂੰ ਸਜਾ ਦੇ, ਇਹ ਆਪ ਯੂਜ਼ ਤਾਂ ਆਉਣੇ ਨਹੀਂ, ਕੁਝ ਸੁੱਟੇ ਜਾਣੇ ਟੁੱਟ ਜਾਣੇ, ਇਸੇ ਵਜ੍ਹਾ ਆਈ ਸਜਾਉਣ ਦੇ ਵਿੱਚ ਇਹਨੂੰ ਯੂਜ਼ ਕਰ ਲੈਂਦੇ ਹਾਂ। ਅਤੇ ਚਾਹ ਦੇ ਕੱਪ ਦੀ ਗੱਲ ਕਰੀਏ ਤਾਂ ਤੁਹਾਡੇ ਵੱਲੋਂ ਰੇਟ ਕੀ ਰੱਖਿਆ ਗਿਆ ਅਤੇ ਕਿੰਨੇ ਕੁ ਕੋਸਟ ਤੁਹਾਡੇ ਇਹ ਸਾਰੇ ਮਟੀਰੀਅਲ 'ਤੇ ਆਉਂਦੀ ਹੈ? ਕਿਉਂਕਿ ਦੋ ਜਿਹੜੇ ਮਿੱਟੀ ਦੇ ਬਰਤਨ ਤੁਹਾਡੇ ਇੱਕ ਕੱਪ ਚਾਹ ਦੇ ਵਿੱਚ ਵੇਖਿਆ ਵੀ ਯੂਜ਼ ਕੀਤੇ ਜਾਂਦੇ ਨੇ, ਅਤੇ ਕੋਸਟ ਕੀ ਹੁੰਦੀ ਹੈ ਅਤੇ ਤੁਹਾਡੀ ਇਨਕਮ ਕਿੰਨੀ ਹੋ ਜਾਂਦੀ, ਉਹ 'ਤੇ ਤੁਹਾਨੂੰ ਪ੍ਰੋਫਿਟ ਕਿੰਨਾ ਹੁੰਦਾ? ਸਰ ਮੈਨੂੰ ਕੀ ਕਹਿੰਦੇ ਜਿਵੇਂ ਇੱਕ ਕੁੱਲੜਾ ਜਿਹੜੇ ਬਣ ਰਹੇ ਨੇ ਉਹ ਕੀ ਕਹਿੰਦੇ 12 ਰੁਪਏ ਦਾ ਕੀ ਕਹਿੰਦੇ ਆਪਣਾ ਕੁੱਲੜ ਪੈ ਜਾਂਦਾ ਹੈ, ਠੀਕ ਹੈ ਸਰ, ਕੀ ਕਹਿੰਦੇ ਉਸ ਤੋਂ ਬਾਅਦ ਦੂਜਾ ਕੁੱਲਰ 4 ਰੁਪਏ ਦਾ ਇੱਕ ਪੈ ਜਾਂਦਾ ਹੈਗਾ, ਉਹ 'ਚ ਦੁੱਧ ਪੈਣਾ, ਪੱਤੀ ਪੈਣੀ, ਮਸਾਲਾ ਪੈਣਾ, ਸਾਰਾ ਕੁਝ ਪਾ ਕੇ ਨਾ 25 ਰੁਪਏ ਦੀ ਕੋਸਟ ਆ, ਹੁਣ 5 ਰੁਪਏ ਵੱਜਦੇ, ਤੰਦੂਰੀ ਚਾਹ 30 ਰੁਪਏ ਦੇ ਹੋਣ ਦੇ ਬਾਵਜੂਦ ਕੀ ਕਹਿੰਦੇ ਵੱਜਦੇ, ਜੇ ਕੀ ਕਹਿੰਦੇ ਨੋਰਮਲ ਆਈਡੀਆ ਤੁਸੀਂ ਵਰਤਾ ਕੇ ਅਪਣਾ ਕੇ ਵੀ 5 ਰੁਪਏ ਦੀ ਕੋਸਟ ਉੱਪਰ ਚਾਹ ਵੇਚ ਰਹੇ ਹੋ, ਇਹ ਤੁਹਾਡੇ ਸਾਰੇ ਦਿਨ ਦੇ ਖਰਚੇ ਨਿਕਲ ਆਉਂਦੇ, ਇਨਕਮ ਹੋ ਜਾਂਦੀ ਹੈ, ਸੰਤੁਸ਼ਟੀ ਹੋ ਜਾਂਦੀ ਹੈ? ਸਰ ਸੰਤੁਸ਼ਟੀ ਹੋ ਜਾਂਦੀ, 100-200 ਵੱਜ ਜਾ ਰਿਹਾ, ਉਹ ਕੀ ਕਹਿੰਦੇ 1 ਮੰਥ ਹੋ ਗਿਆ ਮੈਨੂੰ ਖੋਲ੍ਹੇ ਨੂੰ, ਬੜਾ ਵਧੀਆ ਮਿਲ ਜਾਂਦਾ। ਜਦੋਂ ਇਹ ਸ਼ੁਰੂਆਤ ਕੀਤੀ ਸੀ ਕੰਮ ਦੀ ਕਿੰਨੀ ਕੁ ਇਨਵੈਸਟਮੈਂਟ ਤੁਹਾਨੂੰ ਲਾਉਣੀ ਪਈ ਅਤੇ ਅੱਜ ਕਿੱਥੋਂ ਤੱਕ ਤੁਹਾਡਾ ਜਿਹੜਾ ਬਿਜ਼ਨਸ ਪਹੁੰਚ ਚੁੱਕਿਆ? ਸਰ ਸ਼ੁਰੂਆਤ ਮੈਂ 1200 ਰੁਪਏ 'ਚ ਕੀਤੀ ਸੀ ਸਰ, ਕੀ ਕਹਿੰਦੇ 1200 ਰੁਪਏ ਬਿਜ਼ਨਸ ਹੋਣ ਤੋਂ ਬਾਅਦ ਅੱਜ ਮੈਂ 1200 ਮੈਂ ਕਦੋਂ ਤੋਂ ਪੂਰੇ ਕਰ ਚੁੱਕਿਆ, ਅਤੇ ਅੱਜ ਮੈਨੂੰ ਰਿਸਪੋਂਸ ਬਹੁਤ ਅੱਛਾ ਆ ਰਿਹਾ, ਮੈਂ ਕੀ ਕਹਿੰਦੇ ਆ ਜਿੰਨਾ ਕਿ ਐਕਸੈਪਟ ਨਹੀਂ ਕਰ ਰਿਹਾ ਜੀ, ਅੱਜ ਉਸ ਹਿਸਾਬ ਨਾਲ ਵਧੀਆ ਹਿਸਾਬ ਨਾਲ 100-200 ਕਮਾ ਰਿਹਾ ਮੈਂ ਭਾਵੇਂ, ਮਗਰ ਸਰ ਅੱਜ ਮੈਂ ਕਸਟਮਰ ਬਣਾ ਰਿਹਾ, ਅੱਜ 6 ਮਹੀਨੇ ਬਾਅਦ ਉਹ ਮੈਨੂੰ ਕਸਟਮਰ ਦੁਬਾਰਾ ਆਉਣਗੇ ਮੇਰੇ ਕੋਲ ਦੁਬਾਰਾ ਮਿਲੇ, ਉਹ ਮੇਰੀ ਕਮਾਈ ਹੋਏਗੀ ਸਰ, ਜੋ ਪਿਆਰ ਕਮਾ ਰਿਹਾ ਨਾ ਮੈਂ ਉਹ ਜ਼ਿਆਦਾ ਕਮਾਈ ਹੈ। ਆਮ ਤੌਰ 'ਤੇ ਮਿਹਨਤ ਕਰਨਾ ਕੋਈ ਮਾੜਾ ਕੰਮ ਨਹੀਂ ਹੁੰਦਾ, ਲੇਕਿਨ ਕਿਤੇ ਨਾ ਕਿਤੇ ਮਨ ਵਿੱਚ ਹੀਣ ਭਾਵਨਾ ਨਹੀਂ ਆਉਂਦੀ, ਮੈਂ ਸੜਕ ਦੇ ਕਿਨਾਰੇ ਖਲੋ ਕੇ ਅਤੇ ਚਾਹ ਦੇ ਜਿਹੜਾ ਸਟੋਲ ਲਗਾਇਆ ਅਤੇ ਮੈਂ ਚਾਹ ਵੇਚ ਰਿਹਾ ਹਾਂ? ਸਰ ਸ਼ਰਮ ਕਿਸ ਚੀਜ਼ ਦੀ ਸਰ, ਜੇ ਇਨਸਾਨ ਨੂੰ ਇਨਸਾਨ ਦੇਖ ਕੇ ਸ਼ਰਮ ਖਾ ਕੇ ਤਾਂ ਕੀ ਹੋਇਆ, ਹੁਣ ਇਹ ਕੀ ਕਹਿੰਦੇ ਅਸੀਂ ਜਾਨਵਰ ਤਾਂ ਹੈ ਨਹੀਂ ਆ, ਕੀ ਕਹਿੰਦੇ ਕਦੀ ਇੱਧਰ ਕੋਈ ਕੰਮ ਕਰ ਸਕੀਏ ਅਸੀਂ, ਤਾਂ ਮਿਹਨਤ ਕਰੋ ਯਾਰ, ਮੈਂ ਤਾਂ ਇਹ ਕਹੂੰਗਾ ਮਿਹਨਤ ਕਰੋ ਯਾਰ, ਆਪਣਾ ਕੰਮ ਖਾਓ ਪੀਓ ਔਰ ਐਸ਼ ਕਰੋ। ਜਦੋਂ ਇਸ ਗੱਲ ਦਾ ਪਤਾ ਲੱਗਾ ਤੁਹਾਡੇ ਫੈਮਿਲੀ ਨੂੰ, ਤੁਹਾਡੇ ਰਿਸ਼ਤੇਦਾਰਾਂ ਨੂੰ ਵੀ ਮੁੰਡਾ ਜਿਹੜਾ ਪੜ੍ਹ ਲਿਖ ਕੇ ਨਾਲ ਪੜ੍ਹ ਰਿਹਾ ਹੈ, ਨਾਲ ਰਾਈਡਿੰਗ ਵੀ ਕਰਦਾ ਹੈ ਅਤੇ ਨਾਲ ਚਾਹ ਦਾ ਠੇਲਾ ਵੀ ਲਗਾਇਆ ਹੋਇਆ, ਅਤੇ ਕਿਤੇ ਨਾ ਕਿਤੇ ਉਹਨਾਂ ਨੇ ਕੋਈ ਗੱਲਾਂ ਕੀਤੀਆਂ ਹੋਣਗੀਆਂ ਤੁਹਾਡੇ ਕੰਮ ਕਰਨ ਤੋਂ, ਓਬਜੈਕਸ਼ਨ ਘਰਦਿਆਂ ਨੇ ਠਾਈ ਹੋਏਗੀ ਕੋਈ? ਨਹੀਂ, ਸ਼ੁਰੂਆਤ 'ਚ ਮੇਰੇ ਪਾਪਾ ਨੇ ਕਿਹਾ ਸੀ ਕਿ ਕਹਿੰਦੇ ਕਿ ਯਾਰ ਇੰਨਾ ਪੈਸਾ ਲਾਇਆ ਅਤੇ ਤੂੰ ਕੰਮ ਕਰ ਰਿਹਾ ਵਾਂ ਇਹ ਵਾਲਾ ਚਾਹ ਦਾ, ਅਤੇ ਹੁਣ ਮੇਰੇ ਪਾਪਾ ਸਪੋਰਟ ਕਰਦੇ ਨੇ, ਬਹੁਤ ਵਧੀਆ ਸਪੋਰਟ ਕਰਦੇ ਨੇ, ਅਤੇ ਮੇਰੇ ਫਰੈਂਡਸ ਲੋਕ ਵੀ ਹਮੇਸ਼ਾ ਸਪੋਰਟ ਕਰਦੇ ਆ। ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਮਿਹਨਤ ਮੁਸ਼ਕਤ ਕਰਨ ਤੋਂ ਡਰਦੇ ਨੇ, ਆਮ ਤੌਰ ਦੇ ਉੱਪਰ ਸੋਸ਼ਲ ਮੀਡੀਆ 'ਤੇ ਰੁੱਝੇ ਰਹਿੰਦੇ ਨੇ, ਕੰਮ ਕਾਰ ਨਹੀਂ ਕਰਦੇ ਅਤੇ ਯੁਵਾ ਪੀੜ੍ਹੀ ਜਿਹੜੀ ਆ ਨਸ਼ਿਆਂ ਵੱਲ ਜਾ ਰਹੀ, ਉਹਨਾਂ ਨੂੰ ਕੀ ਸੇਧ ਦੇਣਾ ਚਾਹੋਗੇ? ਤੁਸੀਂ ਇੱਕ ਬੜੀ ਮਿਹਨਤ ਦੀ ਇਗਜ਼ਾਮਪਲ ਦਿੱਤੀ ਆ, ਉਹਦੇ ਸੇਧ ਕੀ ਦੇਣਾ ਚਾਹੋਗੇ? ਸਰ ਮੈਂ ਇੱਕ ਗੱਲ ਕਹੂੰਗਾ ਨਾ ਕਿ ਕਹਿੰਦੇ ਲੋਕਾਂ ਨੂੰ ਨਾ ਹਮੇਸ਼ਾ ਮਿਹਨਤ ਕਰਨੀ ਚਾਹੀਦੀ ਹੈ, ਅਤੇ ਉਹ ਯਾਰ ਨੌਜਵਾਨਾਂ ਨੂੰ ਚਾਹੀਦਾ ਯਾਰ ਹਮੇਸ਼ਾ ਯਾਰ ਮਿਹਨਤ ਕਰੋ ਯਾਰ, ਕੀ ਕਹਿੰਦੇ ਰੋਟੀ 2 ਵਕਤ ਦੇ ਰੋਟੀ ਖਾਓ, ਕੀ ਕਹਿੰਦੇ ਹੱਕ ਦੀ ਖਾਓ, ਅਤੇ ਕੀ ਕਹਿੰਦੇ ਆਰਾਮ ਨਾਲ ਸਿਹਤ, ਕੀ ਕਹਿੰਦੇ ਕੋਈ ਵੀ ਕੰਮ ਕਰੋ, ਝਾੜੂ ਮਾਰੋ, ਕੁਝ ਤੁਹਾਨੂੰ ਟਾਈਮ ਆ ਕੇ ਤੁਹਾਨੂੰ ਹਰ ਚੀਜ਼ ਦਾ ਰਿਸਪੋਂਸ ਵਧੀਆ ਹੀ ਮਿਲੇਗਾ। ਬਹੁਤ ਬਹੁਤ ਧੰਨਵਾਦ ਜੀ ਗੱਲਬਾਤ। ਥੈਂਕ ਯੂ ਸਰ। ਇਸ
अमृतसर के रोड के उपर चाह का ठेला भी चला रहे तो कहना है भी कोई भी काम माड़ा नहीं हुंदा, कोई भी काम छोटा भी नहीं हुंदा। जो अं मेहनत करनी शुरू कर दें तो साड़ी पहचान है जी निरंतर वधदी रहिंदी ते बननी शुरू हो जाती है तो लोग सानू पसंद करना शुरू कर देने। मैनू जाने कि रजेश संधू दे इजाजत देखते रहो तेज पंजाब न्यूज़।